जी नादरीन असी तुहानू जी आइआं नूं कहिंदे आ, अगर प्रोग्राम हुण शामिल होए तो फिर भी जी आइआं नूं कहिंदे आ, पहले बैठे हो तो फिर भी जी आइआं नूं कहिंदे आ, और जी आइआं नूं कहिंदे रहेंगे। साढ़े प्यारे सोहणे जी मेहमान ने साढ़े प्रोग्राम विच शाज़िब मिर्ज़ा साहब जिहड़े टीवी दे आर्टिस्ट ने, स्टेज दे आर्टिस्ट ने और बड़े नामवर ने, बड़ी गपशप हो रही है। शाज़िब साहब असल च असीं उन जी गपशप ला रहे सां, मसला उधर तो उधर तुर गया। असल गल असी तुहाडे नाल करनी सी, तुहाडे कोलों मालूमात लैनी सी, तुहाडे साढ़े नॉलेज इजाफा होंदा। अच्छा मैनूं इह दसो कि तुसीं काफ़ी जिहड़े ने टीवी सीरियल ते भी कम कीता है, जिन्हां दे च ने जनाब आशियाना है, बुलंदी है, दहलीज के पार, जमाना, जीरो बन गया हीरो, ते लेटेस्ट जिहड़ा तुहाडा है वह फुल स्टॉप चल रहा है। हाँ चल रहा है। ਤੁਸੀਂ ਡਰਾਮੇ ਮਾਸ਼ਾਅੱਲਾ ਕਾਫੀ ਕੀਤੇ ਨੇ, ਸੀਰੀਅਲ ਕੀਤੇ ਨੇ, ਮੈਨੂੰ ਦੱਸੋ ਕਿਹੜੇ ਸੀਰੀਅਲ ਵਿੱਚ ਤੁਹਾਨੂੰ ਸਹੀ ਲੁਤਫ ਆਇਆ ਔਰ ਤੁਹਾਡਾ ਦਿਲ ਇਸ ਤਰ੍ਹਾਂ ਕਹਿੰਦਾ ਰਿਹਾ ਕਿ ਯਾਰ ਇਹ ਸੀਰੀਅਲ ਖਤਮ ਨਾ ਹੋਏ, ਇਹ ਚੱਲਦਾ ਰਹੇ, ਮਜ਼ੀਦ ਚੱਲਦਾ ਰਹੇ ਅਤੇ ਮੈਂ ਇਹਦੇ 'ਚ ਇਹ ਕੰਮ ਕਰਦਾ ਰਹੂੰ। ਉਹ ਜੀ ਪਹਿਲਾ ਹੀ ਡਰਾਮਾ ਸੀ ਮੇਰਾ ਆਸ਼ੀਆਨਾ, ਅੱਲਾਹ ਪਾਕ ਨੇ ਬੜੀ ਰਹਿਮਤ ਕੀਤੀ ਕਿ ਉਹ ਹੀ ਮੇਰੀ ਸ਼ੋਹਰਤ ਦਾ ਔਰ ਇੱਜ਼ਤ ਦਾ ਬਾਇਸ ਬਣ ਗਿਆ। ਉਹ ਜਿਸ ਵੇਲੇ ਮੈਂ ਕਾਸ਼ਿਫ ਮਹਿਮੂਦ ਆਇਆ, ਮੈਨੂੰ ਹੁਣ ਸਾਡਾ ਕੁਲੀਗ ਸੀ, ਦੋਸਤ ਆ ਇਕੱਠੇ ਥੀਏਟਰ ਦੇ ਉੱਤੇ, ਤਾਂ ਉਹ ਕਹਿਣ ਲੱਗਾ ਮੈਂ ਡਰਾਮਾ ਬਣਾਉਣ ਲੱਗਾ, ਟੀਵੀ ਡਰਾਮਾ, ਅਤੇ ਯਾਰ ਤੂੰ ਆ ਤੇਰੇ ਲਈ ਰੋਲ ਲਿਖਿਆ ਜੇ ਵੋ ਸਾਰਾ, ਅਤੇ ਮੈਨੂੰ ਯਕੀਨ ਨਹੀਂ ਉਹਦੇ 'ਤੇ ਆਇਆ। ਮੈਂ ਕਿਹਾ ਇਹਨੇ ਕੀ ਬਣਾਉਣਾ, ਟਾਈਮ ਜ਼ਾਇਆ ਕਰਨ ਵਾਲੀ ਗੱਲ, ਮੈਂ ਨਹੀਂ ਗਿਆ। ਦੂਸਰੇ ਦਿਨ ਫਿਰ ਉਹ ਆਇਆ, ਤੀਸਰੇ ਦਿਨ ਫਿਰ ਆਇਆ ਮੇਰੇ ਕੋਲ ਥੀਏਟਰ, ਕਹਿੰਦਾ ਯਾਰ ਤੂੰ ਆ ਹੀ ਨਹੀਂ ਰਿਹਾ, ਬੜਾ ਅੱਛਾ ਰੋਲ ਹੈ ਜੇ ਵੋ ਸਾਰਾ। ਮੈਂ ਹੁਣ ਉਹਦੀ ਦੋਸਤ ਹੀ ਚਲਾ ਗਿਆ, ਮੈਂ ਕਿਹਾ ਕਿਹੜਾ ਬਣਨਾ ਹੈ, ਚਲੋ ਦਿਲ ਰੱਖਣ ਲਈ, ਦਿਲ ਰੱਖਣ ਲਈ ਮੈਂ ਚਲਾ ਗਿਆ। ਜਾ ਕੇ ਉਹਨੇ ਰੋਲ ਸੁਣਾਇਆ, ਰਿਹਰਸਲ ਕੀਤੀ, ਅਤੇ ਤਿੰਨ ਕੁ ਦਿਨ ਬਾਅਦ ਉਹਨੇ ਰਿਕਾਰਡਿੰਗ ਰੱਖ ਲਈ। ਗਰਮੀ ਪਾਕਿਸਤਾਨ 'ਚ ਇੰਤਹਾ ਦੀ ਜ਼ਿਆਦਾ ਸੀ। ਹੁਣ ਥੀਏਟਰ ਸਾਡਾ 12-1 ਵਜੇ ਥੀਏਟਰ ਖਤਮ ਹੁੰਦਾ, 2-3 ਵਜੇ ਘਰ ਪਹੁੰਚੇ ਹਾਂ, ਖਾਣਾ ਖਾਧਾ, ਸੁਬਹਾ ਦੇ 4-5 ਵਜੇ ਜਾਂਦੇ ਨੇ ਸੌਣ ਲੱਗਿਆ। ਸੁਬਹਾ 7 ਵਜੇ ਉਹਨੇ ਇੱਕ ਪਿੰਡ 'ਚ ਰਿਕਾਰਡਿੰਗ 'ਤੇ ਜਾਣਾ ਸੀ, ਕੁਛ ਜਗਰਾਤੇ, ਕੁਛ ਨੀਂਦ, ਉੱਤੋਂ ਗਰਮੀ। ਉਹ ਮੈਂ ਐਵੇਂ ਲੱਗਾ ਕਿ ਮੈਂ ਕਿਸ ਹਿਸਾਬ ਵਿੱਚ ਫਸ ਗਿਆ ਯਾਰ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਛੱਡ ਦਿਆਂ, ਇੱਕ ਰਿਕਾਰਡਿੰਗ ਦਾ ਟਾਈਮ ਹੈ ਜੇ ਉਹ ਸਾਰਾ ਇਸ ਤਰ੍ਹਾਂ, ਲੇਕਿਨ ਉਹਦੀ ਦੋਸਤ ਹੀ ਇਹ ਨਾ ਮੈਨੂੰ ਕੰਪਲੀਟ ਕਰਾਉਣਾ ਪਿਆ। ਜਿਸ ਵੇਲੇ ਔਨ ਏਅਰ ਹੋਇਆ, ਉਸ ਵੇਲੇ ਅੱਲਾਹ ਪਾਕ ਨੇ ਇਤਨੀ ਸ਼ੋਹਰਤ, ਇਤਨੀ ਇੱਜ਼ਤ ਦਿੱਤੀ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਕਦੀ ਗੁਮਾਨ ਹੁੰਦਾ ਕਿ ਯਾਰ ਕਦੀ ਇੰਨੇ ਉਹ ਸ਼ੋਹਰਤ ਹੋਵੇ ਕਿ ਬਾਜ਼ਾਰ ਬੰਦ ਹੋ ਜਾਣ, ਲੋਕ ਪਿੱਛੇ ਹੋਣ, ਆਟੋਗ੍ਰਾਫ ਦਈਏ, ਇਹ ਉਹ ਸਭ ਕੁਛ ਹੀ ਇਸ ਡਰਾਮੇ ਤੋਂ ਮਾਸ਼ਾਅੱਲਾ। ਫਿਰ ਮੈਨੂੰ ਅਫਸੋਸ ਹੈ, ਮੈਂ ਕਿਹਾ ਇਹਨੂੰ ਹੋਰ ਦਿਲ ਕਰਨਾ ਚਾਹੀਦਾ। ਮਾਸ਼ਾਅੱਲਾ ਗੱਲ ਹੁੰਦੀ ਰਹੀ, ਕਾਲ ਲੈ ਲੈਂਦੇ। ਹੈਲੋ ਜੀ, ਅਸਲਾਮ ਵਾਲੇਕੁਮ। ਅਸਲਾਮ ਵਾਲੇਕੁਮ ਜੀ। ਹੈਲੋ 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 ਜੀ, ਸਲਾਮ ਵਾਲੇਕੁਮ ਜੀ। ਵਾਲੇ ਅਸਲਾਮ। ਕੌਣ ਸਾਹਿਬ ਜੀ ਤੇ ਕਿੱਥੋਂ ਬੋਲ ਰਹੇ ਹੋ? ਅੱਛਾ ਕਵੇਤ ਤੋਂ। ਇਕਰਾਮ ਸਾਹਿਬ ਜੀ, ਮਾਸ਼ਾਅੱਲਾ ਇਹ ਸਾਡੇ ਪ੍ਰੋਗਰਾਮ ਦੀ ਜੇ ਰੌਣਕਾਂ ਲੱਗੀਆਂ ਨੇ। ਪਹਿਲੇ ਵੀ ਇਕਰਾਮ ਸਾਹਿਬ ਆਏ ਨੇ, ਉਹ ਅਕਰਮ ਸਾਹਿਬ ਸਨ, ਹੁਣ ਇਕਰਾਮ ਸਾਹਿਬ ਆਏ ਨੇ। ਜੀ ਸਰ, ਕੀ ਸਾਰੇ ਚੁਗਲੀਆਂ ਨਾਲ ਮਤਲਬ ਗੱਲ ਹੋ ਰਹੀ ਸੀ ਤੇ ਭੈਣ ਕਹਿੰਦੇ ਨੇ ਕਿ ਔਰਤ ਜ਼ਿਆਦਾ ਕਰਦੀਆਂ ਨੇ, ਮਰਦ ਨਹੀਂ ਕਰਦੇ। ਜੀ ਜੀ ਜੀ, ਇੱਥੇ ਮੈਂ ਟੈਲੀਫੋਨ ਤੇ ਲੋਕਾਂ ਦੇ ਸੁਣਨੇ ਆ ਕਿ ਆਪਣੀਆਂ ਬੀਵੀਆਂ ਦੇ ਨਾਲ ਜਦੋਂ ਗੱਲਾਂ ਕਰਦੇ ਨੇ ਨਾ ਮਰਦ, ਹਾਂਜੀ ਜੀ ਜੀ, ਬਹੁਤ ਚੁਗਲੀਆਂ ਕਰਦੇ ਨੇ ਜੀ, ਅਸੀਂ ਇੰਜ ਨਹੀਂ ਕਰਦੇ, ਉਹ ਨਹੀਂ ਕਰਦੇ। ਹਾਂਜੀ, ਅੱਛਾ ਜੀ, ਇੰਤਹਾ ਹੀ ਦੇਖਿਆ ਮੈਂ। ਤੁਸੀਂ ਕੀ ਦੇਖਿਆ, ਮਰਦ ਜ਼ਿਆਦਾ ਚੁਗਲੀਆਂ ਕਰਦੇ ਨੇ? ਹਾਂਜੀ, ਮਰਦ ਜ਼ਿਆਦਾ ਕਰਦੇ ਨੇ। ਨਹੀਂ, ਚੁਗਲੀਆਂ ਨਹੀਂ, ਆਪਣੇ ਤੇ ਪਰਦੇ ਪਾਉਂਦੇ ਨੇ ਜਨਾਬ, ਕਿ ਮੈਂ ਇਹ ਨਹੀਂ ਕਰ ਰਿਹਾ। ਪਰਦਿਆਂ ਨੇ ਦੂਸਰਾ ਨਾਮ ਚੁਗਲੀ ਦੇ ਦਿੱਤਾ। ਜੀ ਜੀ। ਅੱਛਾ ਅੱਛਾ, ਕੋਈ ਕੋਈ ਇਕਰਾਮ ਸਾਹਿਬ ਜੀ, ਕੋਈ ਕਿਸੇ ਦੀ ਕੋਈ ਇੱਕ ਚੁਗਲੀ ਸੁਣਾ ਦਿਓ, ਸਾਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਦੀ ਚੁਗਲੀ ਕਰਦੇ ਸਨ। ਉਹ ਇੱਕ ਆਦਮੀ ਸੀ, ਆਪਣੀ ਬੀਵੀ ਨਾਲ ਗੱਲ ਕਰਨ ਡਿਆ ਸੀ, ਤੇ ਉਹ ਕਹਿੰਦਾ ਮੈਂ, ਉਹ ਬੀਵੀ ਹੋਰੀ ਕਹਿੰਦੀ ਹੈ ਕਿ ਤੁਸੀਂ ਕਿਲੇ ਇੱਧਰ ਨਾ ਦੇਖਿਆ ਕਰੋ ਤੁਸੀਂ। ਅੱਛਾ, ਔਰਤਾਂ ਸ਼ੋਰਤਾਂ ਉੱਥੇ ਮਾਰ ਕੇ ਹੁੰਦੀਆਂ ਨੇ, ਸੁਣਿਆ ਮੈਂ। ਅੱਛਾ, ਉਹ ਕਹਿੰਦਾ ਕਿ ਨਹੀਂ ਨਹੀਂ, ਮੈਂ ਜਾਨੂੰ ਤੇਰੇ ਨਾਲ ਹੀ ਪਿਆਰ ਕਰਨਾ, ਮੈਂ ਕਦੀ ਇੱਧਰ ਉੱਧਰ ਨਹੀਂ ਵੇਖਿਆ। ਅੱਛਾ ਜੀ, ਅੱਛਾ ਜੀ, ਉਹ ਟੈਲੀਫੋਨ ਕਰਕੇ ਬੰਦ ਕਰਕੇ ਤੇ ਬਾਹਰ ਨਿਕਲਾ, ਤੇ ਮੈਂ ਵੀ ਰੋਡ ਤੇ ਆ ਕੇ ਖਲੋ, ਕਹਿੰਦੇ ਇੱਕ ਕੋਲੋਂ ਦੀ ਔਰਤ ਲੰਘਣ ਡਈ। ਅੱਛਾ, ਇਕਰਾਮ ਸਾਹਿਬ ਵੈਸੇ ਕਹਿਣਾ ਤੇ ਨਹੀਂ ਚਾਹੀਦਾ ਕਿਉਂਕਿ ਮੈਂ ਵੀ ਮਰਦ, ਤੁਸੀਂ ਵੀ ਮਰਦ, ਪਰ ਤੁਸੀਂ ਵੀ ਚੁਗਲੀ ਕਰ ਗਏ ਹੋ। ਤੁਸੀਂ ਅਸੀਂ ਇਹ ਵੇਖ ਕੇ ਅਸੀਂ ਆਪਣੇ ਬੀਵੀ ਬੱਚਿਆਂ ਦੇ ਮਾਂ ਬਾਪ ਅੱਗੇ ਝੂਠ ਨਹੀਂ ਬੋਲਦੇ। ਆਪਣੇ ਸੰਗੀ ਸਾਥੀ ਵੀ ਅੱਛੇ ਨੇ ਨਾਲ? ਜੀ ਜੀ, ਅਲਹਮਦੁਲਿਲਾ ਸਭ ਠੀਕ ਠਾਕ ਨੇ। ਤੇ ਮਜ਼ੀਦ ਹੋਰ ਕਿੰਨਾ ਕੁ ਰਹਿਣਾ ਤੁਸੀਂ ਉੱਥੇ? ਬਸ ਮੈਂ ਰਮਜ਼ਾਨ ਨੂੰ ਚਲਾ ਜਾਣਾ ਇਨਸ਼ਾਅੱਲਾ। ਪੱਕੇ ਟੁਰ ਜਾਣਾ ਜਾਂ
छुट्टी लेके जाओ। नहीं सफर छुट्टी जावांगा ना। अच्छा अच्छा फिर ठीक है। मैं क्या पाकिस्तान लगे आटा कोई नहीं मिलता पिया थे तुसी पक्के थे तो बहुत मुश्किल है। अल्लाह बहुत मुश्किल है। अल्लाह ताला जी सारे मुल्क पे दुआ करया करो। अल्लाह रहम करे सारे मुल्क पे ते सारे साइंसदान जे अपने सियासतदान ने इन्हां दे कोई अल्लाह इन्हां नूं दिमाग च कोई पावे ते तरस आवे इन्हां नूं अपनी इस बेचारी गरीब कौम दा ते दुआ करया करो। बहुत शुक्रिया इकराम साहब बड़ी मेहरबानी जनाब बड़ी मेहरबानी। नर्वस हुई फोन ना कर रही भी आके दस दिया फिर फिर हो जाता मेरे भरा आके मनु जो मौका दे रहे भरोसा कोई जे ब्रैडफोर्ड हो अगे पिछे हो तो मैं ले आवांगा मैनचेस्टर हो तो ले आवांगा इन्होंने कोई भरोसा कहीं लंदन के कभी किधर होंगे ने दुआ करो इतने ही होने इधर हो तो मैं ले आवांगा अगर खुदा ने खास्ता ना हो फिर मेरा पिड़ पखे देखो जी बड़ा अच्छा थिएटर हुंदा सी बड़ा फखर सानू इस गल दा हुंदा सी के पूरी दुनिया दे उत्ते कॉमेडी पाकिस्तानी थिएटर सब तो हाईलाइट सी और बहुत सारा पाकिस्तानी थिएटर देखिया जांदा है और देखिया जांदा सी। गल है कि कोई भी जदों अनमेच्योर आदमी किसी फील्ड च आ जाना कोई कुछ सालों के उत्तों कुछ अनमेच्योर प्रोड्यूसर डायरेक्टर कोई इस तरह के लोग थिएटर ज्यादा हो गए गवर्नमेंट ने प्राइवेट थिएटर बनाने की इजाजत दे दी उन्होंने अपनी बिजनेस बना ली उन्होंने लोगों ने इस थिएटर नू अपनी सकाफत नू बिजनेस बना लिया जो तो बिजनेस फिर एक दूजे तो बात चढ़ के करन लई ना ओ को की हो रहा थिएटर च कोई ध्यान नहीं दे रहा ठीक है ना जी ये चीज नहीं होनी चाहिए। लेकिन मौजूदा जेडी गवर्नमेंट आई है पिछली गवर्नमेंट ने कोई थिएटर वास्ते नहीं सोचा कुछ नहीं किया अगर वो थोड़ा जिहा ध्यान देंदे ते थिएटर साडे दा ये हाल ना हुंदा जिहड़ा असीं फखर नाल अलहम्दुलिल्लाह इन्हां मुल्कां च फिरदा है कि असीं पाकिस्तान थिएटर दे आर्टिस्ट हां ते जदों अगों कोई सानूं कहिंदा जी फैमिली नहीं देख के दे ते बड़ी शर्म आंदी है बड़ा सिर नहीं आउंदा ए वैसे दोस्तां नूं प्रोड्यूसरां नूं डायरेक्टरां नूं सोचना चाहिए कि साडे मुल्क दा सकाफत है जिहड़ा किसी भी मुल्क दा चेहरा हुंदा है चेहरा हसदा हसदा खेलदा होएगा लोक समझणगे बड़ा खुशहाल है चेहरा ही मुरझाया जां मुंह लटका के बैठे रहमत हुई सोहेल अहमद साहब का शागिर्द हो गया उन्होंने को सिखिया काम उन्होंने देखिया करके कदी भी जिहड़ा थोड़ा जिहा वल्गैरिटी दा विच दौर आया सी और फहाशी दा दौर आया सी असी उहदा हिस्सा नहीं बने कम अज़ कम इह जरूर आंदा सी कि यार मैं सोहेल अहमद साहब दा शागिर्द आ उहनां नूं फैमिलीज़ पसंद करदे ने सानूं वी करन बिल्कुल नहीं बने अलहमदुल्ला असी अपने मकसद च कामयाब हां कि आहिस्ता आहिस्ता थिएटर नूं असी साफ कर रहे हां और साफ सुथरा और फैमिलीज़ आ रहीआं ने दुबारा तों और इंशाल्लाह जिन्ने इत्थे मिसाल है कि यूके च जिन्ने वी प्रोग्राम्स लै के आए हां असी ड्रामे लै के आए हां उन्होंने बहुत सारी फैमिलीज आंदियां ने उन्होंने पता है कि यह जो ग्रुप है जो आर्टिस्ट ने इन्होंने वल्गैरिटी नहीं करनी ठीक है आंदियां ने अलहमदुल्ला साडे ते तमाद दे लोकां नूं काम दे उत्ते ये बड़ी अल्लाह दी खास करम नवाजी है। अच्छा सर तुसी लंदन आए हो जाहिर है कि तुसी आर्टिस्ट हो आर्टिस्ट जिहड़ा है वो उन जी आप टाइम वेस्ट नहीं करता अपना वो किसी ना किसी चीज च मसरूफ ही रहिंदा है तुसी इत्थे आए हो इत्थे कोई तुसी किसी चीज की शूटिंग करनी है या कोई कोई चीज स्टेज लैके आए हो या प्ले वगैरह अच्छा। ड्रामा पूरे यूके से कर रहे हैं।